ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ 'ਤੇ। ਅੱਜ ਆਪਾਂ ਬਣਾਵਾਂਗੇ ਜੀ ਸਮਾਈਲੀ। ਇਹਦੇ ਲਈ ਆਪਾਂ ਲਏ ਨੇ ਜੀ ਆਲੂ। ਇਹ ਆਪਾਂ 4 ਮੀਡੀਅਮ ਸਾਈਜ਼ ਦੇ ਆਲੂ ਲਏ ਸੀ। ਇਹਨਾਂ ਨੂੰ ਉਬਾਲ ਕੇ ਆਪਾਂ ਛਿੱਲ ਲਿਆ ਚੰਗੀ ਤਰ੍ਹਾਂ। ਇਹ ਹੁਣ ਠੰਡੇ ਹੋ ਚੁੱਕੇ ਨੇ। ਹੁਣ ਆਪਾਂ ਇਹਨਾਂ ਨੂੰ ਮੈਸ਼ ਕਰਾਂਗੇ ਜੀ। ਬਿਲਕੁਲ ਇਹ ਚੰਗੀ ਤਰ੍ਹਾਂ ਮੈਸ਼ ਕਰਨੇ ਨੇ ਜੀ। ਜਾਂ ਤੁਸੀਂ ਇਹਨਾਂ ਨੂੰ ਕੱਦੂਕਸ ਕਰਕੇ ਫਿਰ ਮੈਸ਼ ਕਰ ਲਿਓ ਹੱਥਾਂ ਨਾਲ। ਆਪਾਂ ਇਹਨੂੰ ਕਰਾਂਗੇ ਜੀ। ਇਹ ਆਪਾਂ ਲਈ ਹੈ ਜੀ ਛਾਲਣੀ, ਆਟਾ ਸਾਨਣ ਵਾਲੀ। ਇਹਦੇ ਵਿੱਚ ਦੀ ਆਪਾਂ ਇਹਨੂੰ ਕੱਢਾਂਗੇ ਜੀ। ਇਹ ਦੱਬ ਦੱਬ ਕੇ ਆਪਾਂ ਇਹਨੂੰ ਸਾਰੇ ਇਹਦੇ ਵਿੱਚ ਦੀ ਕੱਢ ਦਾਂਗੇ ਜੀ। ਫਿਰ ਇਹਦੇ ਵਿੱਚ ਕੋਈ ਵੀ ਗੱਠ ਨਹੀਂ ਰਹੂਗੀ, ਵਧੀਆ ਪੇਸਟ ਬਣ ਕੇ ਤਿਆਰ ਹੋਊਗਾ। ਕੋਈ ਜ਼ਿਆਦਾ ਚੀਜ਼ਾਂ ਦੀ ਲੋੜ ਨਹੀਂ ਹੈਗੀ ਜੀ ਇਹਨੂੰ ਬਣਾਉਣ ਲਈ। ਇਹ ਦੇਖੋ ਜੀ, ਇਹ ਨਿਕਲ ਰਿਹਾ ਥੱਲੇ। ਆਪਾਂ ਸਾਰੇ ਕੱਢ ਲੈਂਦੇ ਹਾਂ ਇਸ ਤਰ੍ਹਾਂ। ਇਹ ਸਾਰੇ ਕੱਢ ਲਏ ਨੇ ਜੀ ਆਪਾਂ। ਇੱਧਰੋਂ ਉਤਾਰ ਲੈਂਦੇ ਆਪਾਂ ਚੰਗੀ ਤਰ੍ਹਾਂ। ਇਹ ਦੇਖੋ ਜੀ, ਇਹ ਬਿਲਕੁਲ ਬਰੀਕ ਹੋ ਗਿਆ, ਕੋਈ ਵੀ ਗੱਠ ਨਹੀਂ ਹੈਗੀ ਇਹਦੇ ਵਿੱਚ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲੂਣ। ਇਹ ਅੱਧਾ ਚਮਚਾ ਮੈਂ ਲੂਣ ਪਾ ਰਹੀ ਹਾਂ। ਤੁਸੀਂ ਜਿੰਨੇ ਕਾਲੂ ਹੋਏ ਤੁਹਾਡੇ ਉਹਦੇ ਹਿਸਾਬ ਨਾਲ ਪਾ ਲਿਓ। ਚਮਚੇ ਦਾ ਚੌਥਾ ਹਿੱਸਾ ਪਾ ਰਹੀ ਹਾਂ ਜੀ ਮੈਂ ਕਾਲੀ ਮਿਰਚ ਪਾਊਡਰ। ਤੁਸੀਂ ਇਕੱਲੇ ਲੂਣ ਨਾਲ ਵੀ ਬਣਾ ਸਕਦੇ ਹੋ, ਜੇ ਮਿਰਚ ਨਹੀਂ ਪਾਉਣੀ ਤਾਂ ਇਹਨੂੰ ਸਕਿੱਪ ਕਰ ਸਕਦੇ ਹੋ। ਇਹਦੇ ਵਿੱਚ ਕੋਈ ਜ਼ਿਆਦਾ ਮਸਾਲਿਆਂ ਦੀ ਜ਼ਰੂਰਤ ਨਹੀਂ ਜੀ, ਆਪਾਂ ਲੂਣ ਅਤੇ ਮਿਰਚ ਹੀ ਪਾਈ ਹੈ। ਹੁਣ ਇਹਦੇ ਵਿੱਚ ਮੈਂ ਪਾਊਂਗੀ ਜੀ ਅਰਾਰੋਟ। ਪਹਿਲਾਂ 2 ਚਮਚੇ ਪਾਵਾਂਗੇ। ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲਾਂਗੇ, ਮਿਕਸ ਕਰ ਲਾਂਗੇ ਇਹਦੀ। ਪਹਿਲਾਂ 2 ਹੀ ਚਮਚੇ ਪਾਵਾਂਗੇ ਜੀ, ਜੇ ਜ਼ਰੂਰਤ ਹੋਈ ਤਾਂ ਆਪਾਂ ਅਰਾਰੋਟ ਹੋਰ ਪਾਵਾਂਗੇ। ਤੁਸੀਂ ਆਲੂਆਂ ਦੇ ਹਿਸਾਬ ਨਾਲ ਪਾ ਲਿਓ, ਆਲੂਆਂ 'ਚ ਪਾਣੀ ਵੱਧ ਘੱਟ ਹੁੰਦਾ। ਇੱਕ ਚਮਚਾ ਅਰਾਰੋਟ ਮੈਂ ਹੋਰ ਪਾ ਰਹੀ ਹਾਂ ਜੀ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਹ ਤਿਆਰ ਕਰ ਲਿਆ ਜੀ ਆਪਾਂ। ਇਹ ਆਪਣੇ ਹੱਥਾਂ ਨੂੰ ਲੱਗੇ ਕਰਕੇ ਥੋੜ੍ਹਾ ਚਿਪਕਦਾ ਹੈ ਜੀ। ਤੁਸੀਂ ਇਹਨੂੰ ਥੋੜ੍ਹਾ ਜਿਹਾ ਰਿਫਾਇੰਡ ਓਇਲ ਜਾਂ ਘਿਓ ਦਾ ਹੱਥ ਲਾ ਕੇ ਵੀ ਸੈੱਟ ਕਰ ਸਕਦੇ ਹੋ। ਹੁਣ ਪਹਿਲਾਂ ਆਪਾਂ ਹੱਥ ਸਾਫ਼ ਕਰ ਲਾਂਗੇ ਜੀ, ਫਿਰ ਨਹੀਂ ਇਹ ਹੱਥਾਂ ਨੂੰ ਚਿਪਕਦਾ। ਇਹ ਬਿਲਕੁਲ ਥੋੜ੍ਹਾ ਜਿਹਾ ਆਪਾਂ ਹੱਥਾਂ 'ਤੇ ਰਿਫਾਇੰਡ ਲਾ ਲਿਆ ਜੀ, ਇਹਨੂੰ ਇਹਦੇ ਲਾ ਦਾਂਗੇ ਸਾਰੀਆਂ ਸਾਈਡਾਂ 'ਤੇ। ਇਹ ਆਪਾਂ ਲਿਆ ਜੀ ਇੱਕ ਲਿਫਾਫਾ, ਚੰਗੀ ਤਰ੍ਹਾਂ ਆਪਾਂ ਧੋ ਕੇ ਸਾਫ਼ ਕਰ ਲਿਆ। ਇਹਦੇ ਉੱਤੇ ਥੋੜ੍ਹਾ ਜਿਹਾ ਰਿਫਾਇੰਡ ਲਾ ਲਾਂਗੇ ਆਪਾਂ। ਨਾਲੇ ਆਪਾਂ ਇਹ ਹੱਥ ਵੇਲਣੇ 'ਤੇ ਲਾ ਲਾਂਗੇ ਜੀ। ਇਹਨੂੰ ਆਪਾਂ ਵੇਲ ਲਾਂਗੇ ਜੀ। ਇਹ ਵੇਲ ਲਿਆ ਜੀ ਆਪਾਂ, ਇੰਨਾ ਕੁ ਮੋਟਾ ਰੱਖਿਆ ਆਪਾਂ ਇਹ। ਇਹ ਆਪਾਂ ਲਿਆ ਜੀ ਇੱਕ ਢੱਕਣ, ਇਹਦੇ ਨਾਲ ਆਪਾਂ ਕੱਟ ਕਰ ਲਾਂਗੇ।
सारे आप पहले कर लेने हैं जी, फिर चक लेंगे इकट्ठे। ये आप सारी कढ लेने जी एचों, हूँ इनू आप दोबारे फिर भेड़ा करके फिर बेल के फिर कढ लाँगे ये सारे। इन्ने आप कढ लेने जी, सारे आप बना लेने जी। एक बाद आप बड़ी बना ली है, हूँ ये आप बनावे जी मूँह। तुसी कोई ए तिखी चीज़ लैके वो इतने अखा बना दो दी। ये चमचे ना आप बना देंगे जी मूँह, ये बड़ी है थोड़ा जहा बड़ा बनावे। ये देखो जी आप सारिया इस तरह बना के तैयार कर लेने। कासे ना भी बना लियो जी तुसी। सारिया ये बना के तैयार कर लेंगे जी। तेल चेक कर दें जी, आपां पहले एक पा के थोड़ा जहा होर हो जाण देंगे जी गर्म। तेल अपना गर्म है जी, हुण इहदे विच पा देंगे आपां नाल नाल आपां पासा बदल देंगे जी जिहड़ी होई जांदी है। हुण आपां इहनां नूं बाहर कढ लैंदे हां जी। सारियां आपां इसे तरह बना लांगे जी। ये भी बन के तैयार ने जी, आप इन्हों भी कट लें। लो जी आप सारिया बना के तैयार कर लिया, देखो कितनिया वधिया बनिया ने। जे वीडियो वधिया लगी तो लाइक कमेंट तो शेयर जरूर करो जी। जे चैनल पर पहली बारी आए हो तो चैनल सबसक्राइब जरूर करना जी।